ਆਪਾਂ ਨੂੰ ਸਮਝਾ ਸਕੀਏ, ਉਹਨਾਂ ਨੂੰ ਦੱਸ ਸਕੀਏ ਕਿ ਇਹਨਾਂ ਦੇ ਬਿੱਲਾਂ ਦਾ ਮਤਲਬ ਕੀ ਹੈ, ਕਾਰਨ ਕੀ ਹੈ, ਜੇ ਤੁਹਾਨੂੰ ਇੱਥੇ ਹੋਰ ਵਾਸਤੇ ਜੁੜ ਕੇ ਇੱਕ ਮਤਲਬ ਲਈ ਇੱਕ ਮਕਸਦ ਵਿੱਚ ਖੜਨਾ ਪਏਗਾ ਜੀ। ਬਾਕੀ ਵਾਹਿਗੁਰੂ ਮੇਰ ਕਰੇ ਆਪਾਂ ਸਭ ਇੱਥੇ ਸਾਥ ਦੇਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਵੀਰ ਜੀ ਨੂੰ ਬੇਨਤੀ ਕਰਦਾ ਕਿ ਜਦੋਂ ਬੁਲਾਰੇ ਬੋਲ ਰਹੇ ਹੁੰਦੇ ਉਦੋਂ ਪਲੀਜ਼ ਦਿਖਾਰੇ ਨਾ ਬੁਲਾ ਲੈਣ ਦੇ ਨਾਰੇ ਨਾ ਲੈ ਜਾਣ। ਵੀਰ ਜੀ, ਵੀਰ ਜੀ ਇੱਕ ਮਿੰਟ ਇੱਧਰ ਪਿੱਛੇ ਦੇਖੋ। ਹੈਲੋ, ਮੈਂ ਬੇਨਤੀ ਕਰਦਾ ਸੀ ਕਿ ਜਦੋਂ ਕੋਈ ਬੁਲਾਰਾ ਬੋਲ ਰਿਹਾ ਹੁੰਦਾ ਉਦੋਂ ਜਿਹੜੇ ਜਿਤਾਰੇ ਜਾਂ ਨਾਰੇ ਉਹ ਨਾ ਲਏ ਜਾਣ। ਆਪਣੇ ਕੋਲ ਬਹੁਤ ਟਾਈਮ ਹੈ, ਆਪਾਂ ਨਾਰੇ ਵੀ ਲਾਵਾਂਗੇ, ਜਿਤਾਰੇ ਵੀ ਛੱਡਾਂਗੇ। ਬੋਲੋ, ਮੈਂ ਬੇਨਤੀ ਕਰਾਂਗਾ ਸਾਡੇ ਪਾਸ ਅਗਲੇ ਬੁਲਾਰੇ ਜੋ ਸੁਖਮਿੰਦਰ ਸਿੰਘ ਜੀ ਹਾਂਸਰਾ ਹਨ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਸਟੇਜ ਤੇ ਆ ਜਾਣ ਕੁਝ ਵੀ ਮਿੰਟਾਂ ਵਿੱਚ। ਸਾਡੇ ਨਾਲ ਲੱਖਾਂ ਸੁਝਾਵਾਂ ਜੀ ਇੰਡੀਆ ਤੋਂ ਫੋਨ ਤੇ ਜੁੜ ਰਹੇ ਹਨ, ਜਿਸ ਤਰ੍ਹਾਂ ਇਹ ਫੋਨ ਤੇ ਜੁੜਦੇ ਨੇ ਉਹਨਾਂ ਦੇ ਵੀ ਵਿਚਾਰ ਧਾਰਨਾ ਸਾਂਝੇ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਹਿੰਦੁਸਤਾਨ ਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ। ਮੈਂ ਬਾਰੇ ਮੈਂ ਦੇਸ਼ ਦੇ ਨਾਲ ਤਾਂ ਨਹੀਂ ਦੱਸੂਗਾ ਕਿਉਂਕਿ ਇਹਨਾਂ ਲੋਕਾਂ ਨੇ ਤਾਂ ਬਿੱਲ ਲਿਖੇ ਨੇ, ਚਾਹੇ ਉਹ ਵੀ ਚਿੱਠਾ ਤੋਂ ਵਿੱਚ ਇੰਸਾਈ ਕਰਦੇ ਹੋ। But I must remind them that every farmer in India wants those laws repealed. So if you don't repeal them, then hear these people. No food, no farmers. No farmers, no food. No farmers, no food. ਪਿਛਲੇ ਹਫ਼ਤੇ ਆਪਾਂ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਮਨਾਇਆ। ਗੁਰੂ ਨਾਨਕ ਪਾਤਸ਼ਾਹ ਦਾ ਜੋ ਸਿਧਾਂਤ ਹੈ ਸਾਨੂੰ ਸਾਰੇ ਸਿਧਾਂਤਾਂ ਦੇ ਵਿੱਚ ਇੱਕ ਆਊਟਸਟੈਂਡ ਕਰਦਾ ਹੈ, ਜਿਹੜਾ 20-21ਵੀਂ ਸਦੀ ਦੇ ਵਿੱਚ ਸਾਡੇ ਲਈ ਕਾਰਜ ਕਰਿਆ ਹੈ। ਤੇ ਇਹ ਪਾਵਰ ਕੀ ਪਾਵਰ ਹੈ, ਇਹ ਸਿਧਾਂਤ ਸਾਡੇ ਢਾਡੀ ਸਿੰਘਾਂ ਨੇ, ਕਮਿਸ਼ਨਰਾਂ ਨੇ, ਮੇਰੇ ਵਰਗੇ ਕੱਚ ਘਰ ਬੁਲਾਰਿਆਂ ਨੇ ਬਾਰ ਬਾਰ ਸਟੇਜਾਂ ਤੇ ਬੁਲਾ ਕੇ ਇਹ ਮਾਵਰ ਕੀ ਜਾਬਰ ਹੈ। ਤੇ ਜਦੋਂ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਸਾਡੇ ਪੰਜਾਬ ਦੇ ਨੌਜਵਾਨ ਬੋਲੇ ਸੋਨਿਹਾਲ ਦਾ ਜਕਾਰਾ ਛੱਡ ਕੇ ਇਹਨਾਂ ਦੇ ਬੈਰੀਅਰ ਖਦੇੜ ਰਹੇ ਸੀ, ਤੇ ਮੈਂ ਬੈਠਾ ਟੈਲੀਵਿਜ਼ਨ ਵੇਖ ਰਿਹਾ, ਉਸ ਗੁਰੂ ਨਾਨਕ ਪਾਤਸ਼ਾਹ ਨੂੰ ਕਹਿ ਰਿਹਾ ਸੀ ਕਿ ਧੰਨੇ ਤੂੰ, ਤੂੰ ਸਾਨੂੰ ਇਹ ਸਿਧਾਂਤ ਦਿੱਤਾ ਹੈ ਕਿ ਅਸੀਂ ਅੱਜ 20ਵੀਂ ਅਤੇ 21ਵੀਂ ਸਦੀ ਦੇ ਬਾਬਰ ਨੂੰ ਵੀ ਜਾਬਰ ਕਹਿਣ ਦੀ ਜ਼ਰੂਰਤ ਕਰ ਰਹੇ ਹਾਂ। ਸਤਿ ਸ੍ਰੀ ਅਕਾਲ। ਅਸੀਂ ਖੱਤਰ ਨੂੰ ਖੱਚਰ ਸਿੱਧ ਕਰ ਦਿੱਤਾ, ਖੱਚਰ ਇਹ ਹਕੀਕਤ ਹੈ, ਇਤਿਹਾਸ ਦੇ ਵਿੱਚ ਇਸੇ ਤਰ੍ਹਾਂ ਹੀ ਦਰਜ ਹੋਏਗਾ। ਜਿਸ ਤਰ੍ਹਾਂ ਮੱਸਾ ਬੀਮ ਨੂੰ ਅਸੀਂ ਮੱਸਾ ਰੰਗੜ ਆਖਦੇ ਹਾਂ, ਬੇਅੰਤ ਸ਼ਾਹ ਨੂੰ ਅਸੀਂ ਬੇਅੰਤਾ ਬੁੱਚੜ ਆਖਦੇ ਹਾਂ, ਕੇ ਪੀ ਗਿੱਲ ਨੂੰ ਅਸੀਂ ਬੁੱਚੜ ਆਖਦੇ ਹਾਂ, ਇਸੇ ਤਰ੍ਹਾਂ ਇਹ ਖੱਤਰ ਨੂੰ ਖੱਚਰ ਕਿਹਾ ਜਾਏਗਾ। ਇਸ ਤੋਂ ਬਾਅਦ ਮੈਂ ਇਹ ਮਹਿਸੂਸ ਕਰ ਰਿਹਾ ਸੀ ਕਿ ਜਿਸ ਕਦਰ ਸਾਡੇ ਪੰਜਾਬ ਦੇ ਫਾਰਮਰਸ ਨੇ ਖਾਸ ਕਰਕੇ ਬੋਲੇ ਸੋਨਿਹਾਲ
ਕੇ ਦਿੱਲੀ ਦੀ ਹਿੱਕ ਉੱਤੇ ਜਾ ਕੇ ਨੱਚਿਆ ਹੈ। 18ਵੀਂ ਸਦੀ ਦੇ ਵਿੱਚ ਸਰਦਾਰ ਕੁਲਵੀਰ ਸਿੰਘ ਨੇ ਦਿੱਲੀ ਜਿੱਤੀ ਸੀ ਤੇ 21ਵੀਂ ਸਦੀ ਦੇ ਵਿੱਚ ਬਾਦਸ਼ਾਹ ਨੇ ਦਿੱਲੀ ਵਿੱਚ ਇੱਕ ਵਾਰੀ ਫੇਰ ਕਬਜ਼ਾ ਕਰ ਲਿਆ। ਸਤਿ ਸ੍ਰੀ ਅਕਾਲ। ਕਹਿੰਦੇ ਸੀ 20 ਕਿਲੋਮੀਟਰ ਪਿੱਛੇ ਜਦੋਂ ਆਪਾਂ ਪਹੁੰਚੇ ਹਾਂ, ਆ ਗਏ ਹੋਣੇ ਨੇ ਹੁਣ ਤੱਕ ਤੇ ਉਹ, ਪਰ ਪਾਰਕਿੰਗ ਦਾ ਦਿੱਕਤ ਆਉਣੀ ਇੱਥੇ ਲਾ ਗਏ। ਚਲੋ ਵਧੀਆ ਵਧੀਆ, ਇੱਥੇ ਲਾ ਹਿੰਦੁਸਤਾਨ ਦੀ ਸਰਕਾਰ ਨੇ ਮੋਦੀ ਨੂੰ ਭਾਜਪਾ ਨੂੰ ਆਰਐਸਐਸ ਨੂੰ ਵਕਤ ਪਾਉਣ ਦੇ ਲਈ ਉਹਨਾਂ ਨੂੰ ਬੰਗਾਰ ਪਾਉਣ ਦੇ ਲਈ ਇਕੱਤਰ ਹੋਏ ਹੈਗੇ ਆ।
ਤੇ ਜਿਹੜਾ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਮੋਦੀ ਜਿਹੜਾ ਹੈਗਾ ਅਡਾਨੀਆਂ ਦਾ ਦਲਾਲ ਬਣ ਕੇ ਸਾਡਾ ਸ਼ਰੀਕ ਬਣ ਕੇ ਅੱਜ ਉਭਰਿਆ ਹੈਗਾ। ਅਸੀਂ ਉਸ ਕਿਉਂ ਉਹਨੂੰ ਅਸੀਂ ਆਪਾਂ ਨੇ ਸ਼ਰੀਕ ਬਣ ਕੇ ਟੱਕਰਨਾ ਹੈਗਾ। ਲੁੱਕੇ ਅੰਦਰ ਆ ਜਾਓ ਬਾਹਰ ਦੇਖ ਲਓ ਜਵਾਈਆਂ ਨੂੰ ਆ ਗਏ। ਬਸ ਅਸੀਂ ਸਾਨੂੰ ਹੋ ਗਿਆ ਮੈਨੂੰ ਲੱਗਦਾ 45 ਮਿੰਟ ਹੋ ਗਏ। ਮੈਨੂੰ ਲੱਗਦਾ ਤੁਹਾਡੀ ਜਥਾ ਹਾਂ ਤੁਹਾਡੀ ਜਥਾ ਅਮਨ ਨੇ ਕੋਲ ਆ ਕੇ ਫੋਨ ਕੀਤਾ ਕਹਿੰਦਾ ਵੇਖਣਾ ਹੀ ਪੈਂਦਾ ਆਪਣੇ ਹੀ ਹਾਂ ਸਹੀ ਗੱਲ ਹੈ। ਟੋਰਾਂਟੋ ਤੋਂ ਸੰਗਤ ਕਰਦੀ ਨਹੀਂ ਟੋਰਾਂਟੋ ਤੋਂ ਬਹੁਤ ਲੱਖਾਂ ਸਦਾ ਨਾ ਵੀ ਆਏਗਾ
ਪਰ ਮੁਰਦਾ ਹੋ ਗਿਆ ਨਾ ਕਿ ਪੜਾ ਲੱਗਦਾ ਕੀ ਕੁਛ ਲਾਈ ਜਾ ਦੇਖੀ ਅੰਦਰ ਹਾਕੀ ਵਾਲੇ 'ਚ ਪਾ ਕੇ ਲਿਆਂਦਾ ਉਹ ਸਾਹਮਣੇ ਦੇ ਆਈਸ ਹਾਕੀ ਵਾਲਾ ਦਿੰਦਾ ਨੀ ਉਹ 'ਚ ਪਾਇਆ ਝੰਡਾ ਦੇਖਿਆ ਨੀ ਇੱਧਰ ਉੱਧਰ ਹਾਂਜੀ ਲੱਗਿਆ ਕੈਮਰਾ ਲੈ ਕੇ ਫੋਟੋਆਂ ਖਿੱਚਣ ਜਿੰਨੀਆਂ ਗੱਡੀਆਂ ਆਈਆਂ ਉਹਨਾਂ ਦੀਆਂ ਖਿੱਚੀਆਂ ਇਹਨਾਂ ਨੇ ਫੋਟੋਆਂ ਸਮਝਣਾ ਹੋਵੇ ਲੋਕ ਤੇ ਅੰਨੇ ਤੇ ਬੁਰੇ ਹੋ ਚੁੱਕੇ ਆ ਇਹਨਾਂ ਦੇ ਕੰਨਾਂ
ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਸੇਵਾ ਕਰ ਰਹੇ ਨੇ ਜੀ, ਵਰਤੀ ਜੀ ਸਮੋਸਿਆਂ ਦੀ ਸੇਵਾ ਕਰ ਰਹੇ ਨੇ ਆਪਣੇ ਲਈ ਖੜੇ ਆ, ਪੁੱਛ ਲਈਏ। ਧੰਨਵਾਦ ਜੀ ਬਹੁਤ ਬਹੁਤ। ਸਹੀ ਗੱਲ ਹੈ, ਮੈਨੂੰ ਤੁਸੀਂ ਭੁੱਖਾ ਹੀ ਰੱਖ ਛੱਡਿਆ, ਮੈਨੂੰ ਕਹਿ ਕੇ ਮੈਨੂੰ ਭੁੱਖਾ ਰੱਖਤਾ। ਕਹਿੰਦੇ ਆ ਜਾਓ ਕਰਤੀਆਂ ਚੜਾਈਆਂ। ਹਾਂ ਵੀ ਡਿਸਟੈਂਸਿੰਗ ਵਧੇਗੀ। ਰਿਪੋਰਟਰ ਜੀ, ਵਿਰੋਧੀ ਟੀਮ ਦਾ ਰਿਪੋਰਟਰ ਵੀ ਅੰਦਰ। ਕਹਿੰਦੇ ਛੱਕ ਕੇ ਲੰਗਰ ਪਾਣੀ ਫਿਰ ਪ੍ਰੋਟੈਸਟ ਕਰੋ, ਰੋਸ ਮੁਜ਼ਾਹਰਾ। ਆਹੋ ਘੱਟ ਜਾ ਤਾਂ ਲੱਗਣ ਤੇ ਦਈ ਠੰਡ ਹੈਗੀ ਹੈ ਨਾ। ਮੈਂ ਜੈਕਟ ਕਿੱਥੇ ਸਾਂਭੀ ਜਾਣੀ ਉੱਤੇ।
ਚੁੱਕੇ ਸਮੋਸੇ ਕਿਉਂ ਲਏ ਨਹੀਂ ਕਿ ਮਿਲੇ ਨਹੀਂ ਜਕਾਰੇ ਲਾਤੇ ਛਤਰੀਆਂ ਲੈ ਕੇ ਲੱਗੇ ਵੀਡੀਓ ਬਣਾਉਣ ਉੱਤੋਂ ਝੰਡਾ
ਆ ਬਿਲਡਿੰਗ ਸਾਰੀ ਗਾਰਬੇਜ ਹੀ ਅੰਦਰ ਬਣਾ ਦਿੰਦੇ ਸਹੀ ਗੱਲ ਸਹੀ ਗੱਲ ਆਹੋ ਆਹੋ ਵੀ ਯਾਰ ਤੰਗ ਕਰਨਾ ਬੰਦ ਕਰ ਦੇ ਜਾਂ ਰੋਟੀ ਖਾਣਾ ਬੰਦ ਕਰ ਦੇ ਇੱਕ ਕੰਮ ਕਰਨਾ ਪੈਣਾ ਜਿਹੜਾ ਮਰਜ਼ੀ ਕਰ ਲੈ ਨਾ ਨਾ ਕੋਈ ਗੱਲ ਨਹੀਂ ਕਰਨੀ ਇਹਨਾਂ ਨੇ ਇਹਨਾਂ ਕਹਿਣਾ ਸਾਡਾ ਤਾਂ ਕੋਈ ਰਿਲੇਸ਼ਨ